ਕਮਲਜੀਤ ਸਿੰਘ ਬਣਵੈਤ ਦੀ ਕਹਾਣੀ ਹੈ ਬੇਹਰਮਤੀ ਪਠਲਾਵੇ ਵਾਲੀ ਭੂਆ ਗਿਆਨਕੌਰ ਦਾ ਸਾਰਾ ਟੱਬਰ ਕੈਨੇਡਾ ਚ ਵਸਦਾ ਹੈ ਕਈ ਦਹਾਕਿਆਂ ਤੋਂ ਤਿੰਨ ਵੱਡੇ ਬੇਟੇ ਦੋ ਕੁੜੀਆਂ ਸੱਜੇ ਹੀ ਕੈਨੇਡਾ ਨੂੰ ਲੰਘ ਗਈਆਂ ਜਿਵੇਂ ਟ੍ਰੇਨ ਚੜ੍ਹ ਕੇ ਇੰਦੌਰ ਨੂੰ ਗਈਆਂ ਹੋਣ ਵੱਡੇ ਲੜਕੇ ਜੀਤੇ ਦਾ ਰਿਸ਼ਤਾ ਕੈਨੇਡਾ ਚ ਕੀ ਹੋਇਆ ਕਿ ਸਾਰਾ ਟੱਬਰ ਉਹਨੇ ਇੱਕ ਇੱਕ ਕਰਕੇ ਬਕੋਲ ਬੁਲਾ ਲਿਆ ਕਿਸੇ ਦਾ ਵਿਆਹ ਉੱਧਰ ਕਰਕੇ ਕਿਸੇ ਦੀ ਗੋਰੀ ਨਾਲ ਮੋਲ ਚ ਸ਼ਾਦੀ ਰਚਾ ਕੇ ਦੋਵੇਂ ਭੈਣਾਂ ਨੂੰ ਉਹਨੇ ਉਧਰ ਪੜ੍ਹਾਈ ਦੇ ਬਹਾਨੇ ਮੰਗਵਾ ਲਿਆ ਸੀ ਪਰ ਸਭ ਤੋਂ ਛੋਟੇ ਧੀਰੇ ਦੀ ਕਿਸਮਤ ਅਜਿਹੀ ਸੀ ਕਿ ਉਹਦਾ ਬਾਹਰਲੇ ਦੇਸ਼ ਦਾ ਕੰਮ ਨਹੀਂ ਬਣ ਰਿਹਾ ਸੀ ਧੀਰੇ ਨੂੰ ਬਾਹਰ ਮੰਗਵਾਉਣ ਲਈ ਉਹਨੇ ਆਪਣੇ ਪੱਲਿਓ ਪੈਸੇ ਭੇਜ ਕੇ ਕਈ ਏਜੰਟਾਂ ਕੋਲ ਫਸਾ ਲਏ ਸੀ ਆਇਲਟਸ ਕਰਨ ਵਾਸਤੇ ਉਹਦਾ ਅੰਗਰੇਜ਼ੀ ਵਿੱਚ ਬੜਾ ਹੀ ਹੱਥ ਤੰਗ ਸੀ ਉਹਨੇ ਇੱਕ ਵਾਰ ਜਾਲੀ ਬੰਦਾ ਬਿਠਾ ਕੇ ਆਇਲਟਸ ਕਰਨ ਲਈ 20 ਡਾਲਰ ਫਸਾ ਲਏ ਸਨ ਇਨੀ ਦਿਨੀ ਭੂਆ ਗਿਆਨਕੌਰ ਬਿਮਾਰ ਪੈ ਗਈ पीजीआई ਚ ਇਲਾਜ ਕਰਾਉਣ ਲਈ ਕਰਾਉਣ ਗਈ ਸਦਾ ਲਈ ਹੱਥੋਂ ਤਿਲਕ ਗਈ। ਭੂਆ ਗਿਆਨਕੁਰ ਦਾ ਅੱਧਾ ਟੱਬਰ ਉਹਦੇ ਸੰਸਕਾਰ ਤੇ ਬਾਕੀ ਅੰਤਿਮ ਅਰਦਾਸ ਤੇ ਪੁੱਜਿਆ। ਭੂਆ ਦਾ ਭੋਗ ਪੈਣ ਦਾ ਦਿਨ ਲੰਘਦਿਆਂ ਹੀ ਗੱਲ ਧੀਰੇ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਲਜਾਣ ਦੀ ਤੁਰ ਪਈ। ਸਾਰਾ ਟੱਬਰ ਤਰਕੀਬਾਂ ਬਣਾਵੜਾ ਹੰਮ ਗਿਆ। ਕਈ ਏਜੰਟਾਂ ਨਾਲ ਗੱਲ ਵੀ ਕੀਤੀ ਪਰ ਗੱਲ ਕੋਈ ਥੋਸ ਰੇ ਲੱਗਦੀ ਨਾ ਦੀ ਸੀ। ਧੀਰੇ ਦੇ ਕੰਮ ਨੂੰ ਸਿਰੇ ਲਾਉਣ ਲਈ ਉਹਦੀ ਕੋਟ ਮੈਰਿਜ ਕੈਨੇਡਾ ਰਹਿੰਦੀ ਛੋਟੀ ਭੈਣ ਸਿਮਰਨ ਨਾਲ ਕਰਕੇ ਬਾਹਰ ਕੱਢਣ ਦੀ ਭੂਖ ਕਿਸੇ ਨੇ ਜੀਤੇ ਦੇ ਕੰਨ ਚ ਮਾਰ ਦਿੱਤੀ ਗੱਲ ਜੀਤੇ ਨੂੰ ਜੱਜ ਗਈ ਉਹਨੇ ਪਹਿਲਾਂ ਵੀ ਭੈਣ ਭਰਾ ਪਿਓ ਧੀ ਤੇ ਭਾਬੀ ਦੀ ਔਰ ਦੀ ਕੋਟ ਮੈਰਿਜ ਕਰਵਾ ਕੇ ਵਿਦੇਸ਼ ਕੱਢਣ ਦੀਆਂ ਕਹਾਣੀਆਂ ਸੁਣ ਰੱਖੀਆਂ ਸੀ ਜੀਤੇ ਨੇ ਅਗਲੇ ਦਿਨ ਸਭ ਨਾਲ ਅੱਡ ਅੱਡ ਬੈਠ ਕੇ ਸਲਾਹ ਕੀਤੀ ਤਾਂ ਕਿਸੇ ਨੇ ਵੀ ਨੰਨਾ ਨਾ ਪਾਇਆ ਹਾਂ ਸਿਮਰਨ ਪਹਿਲਾਂ ਜ਼ਰੂਰ ਝਿਜਕੀ ਪਰ ਭਰਾ ਨੂੰ ਕੱਲੇ ਨੂੰ ਪਿੰਡ ਛੱਡ ਕੇ ਉਹਦੀ ਜ਼ਿੰਦਗੀ ਨਸ਼ਿਆਂ 'ਚ ਬੈਣ ਦੇ ਡਰੋਂ ਆਪਣੀ ਕੁਰਬਾਨੀ ਦੇਣੀ ਮੰਨ ਲਈ। ਉਹਨੂੰ ਸਮਝਾ ਦਿੱਤਾ ਗਿਆ ਕਿ ਧੀਰੇ ਦੇ ਕੈਨੇਡਾ 'ਚ ਪੱਕੇ ਹੁੰਦੇ ਐ, ਦੋਹਾਂ ਦਾ ਤਲਾਕ ਕਰਕੇ ਕਿਸੇ ਹੋਰ ਮੁੰਡੇ ਨਾਲ ਉਹਦੇ ਹੱਥ ਪੀਲੇ ਕਰ ਦਿੱਤੇ ਜਾਣਗੇ। ਪਿੰਡ ਦਾ ਸਰਪੰਚ ਸੁਰਿੰਦਰ ਸਿੰਘ ਉਹਨਾਂ ਦਾ ਸਲਾਹਕਾਰ ਵੀ ਸੀ ਤੇ ਪਹਿਲੀ ਵੀ ਠੇਕੇ ਤੇ ਉਹਨੂੰ ਦੇ ਰੱਖੀ ਸੀ। ਸਰਪੰਚ ਸੁਰਿੰਦਰ ਸਿੰਘ ਦੀ ਸਲਾਹ ਨਾਲ ਤੀਜੇ ਦਿਨ ਪਰਿਵਾਰ ਪਿੰਡ ਪਠਲਾਵੇ ਤੋਂ ਦੂਰ ਲੁਧਿਆਣੇ ਦੇ ਇੱਕ ਗੁਰਦੁਆਰੇ ਚ ਆਨੰਦ ਕਾਰਜ ਲਈ ਚਲਾ ਗਿਆ। ਗੁਰਦੁਆਰੇ ਚ ਅਨੰਦ ਕਾਰਜ ਕਰਨ ਦੇ ਸਬੂਤ ਅਰਜ਼ੀ ਨਾਲ ਨੱਥੀ ਕਰਨ ਪਿੱਛੇ ਹੀ ਕੋਟ ਮੈਰਿਜ ਸਿਰੇ ਚੜਦੀ ਸੀ ਗੁਰਦੁਆਰਾ ਮੋਲ ਟਾਊਨ ਚ ਅਨੰਦ ਕਾਰਜ ਲਈ ਸਮਾਂ ਪਹਿਲਾਂ ਹੀ ਲੈ ਲਿਆ ਗਿਆ ਨਵੀਂ ਜੋੜੀ ਸਮੇਤ ਪਰਿਵਾਰ ਪੂਰਾ ਸਜ ਧਜ ਕੇ ਗੁਰਦੁਦਾਰੇ ਪੁੱਜ ਗਿਆ ਅਨੰਦਾ ਤੋਂ ਪਹਿਲਾਂ ਜਦੋਂ ਪਾਠੀ ਸਿੰਘ ਨੇ ਇੱਕ ਫਾਰਮ ਭਰਨ ਲਈ ਕਿਹਾ ਤਾਂ ਜੋੜੇ ਦੇ ਮਾਪੇ ਤੇ ਪਿੰਡ ਦੇ ਨਾਂ ਇੱਕੋ ਹੀ ਬੋਲਦੇ ਸੀ ਜਿਸ ਤੇ ਉਸ ਪਾਠੀ ਨੂੰ ਸ਼ੱਕ ਪੈ ਗਈ ਹੁਣ ਜੀ ਵੀ ਬਾਹਰ ਵਾਲੇ ਇੱਧਰ ਵੱਖਰੀ ਪਛਾਣੇ ਜਾਂਦੇ ਆਂ ਪਾਠੀ ਸਿੰਘ ਨੇ ਸ਼ੱਕ ਪੈਣ ਦੇ ਫਾਰਮ ਜੋੜੇ ਦੇ ਹੱਥੋਂ ਖੋਲਿਆ ਤੇ ਨਾਲ ਹੀ ਕਹਿਣ ਲੱਗਾ ਅਬਰ ਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹਰਮਤੀ ਲਈ ਇਧਰ ਲਈ ਤੇ ਉਧਰ ਲਈ ਸਿੱਖ ਆ ਦਾ ਨਾਰਾ ਮਾਰਦੇ ਨਹੀਂ ਥੱਕਦੇ ਤੇ ਬਾਬਾ ਜੀ ਦੀ ਬੇਹਰਮਤੀ ਤੇ ਅਥਰੂ ਕੇਰ ਨੇ ਕੋਰੇ ਦਿਖਾਵੇ ਆ ਤੇ ਬਾਹਰ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਰੇ ਦੋ ਰੂਹਾਂ ਦੇ ਇੱਕ ਹੋਣ ਦਾ ਵਾਸਤਾ ਪਾ ਕੇ ਪਿੱਛੋਂ ਇਹਨੂੰ ਤੋੜਨ ਲਈ ਨਹੀਂ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹਰਮਤੀ ਤੇ ਪਾਠੀ ਸਿੰਘ ਦੇ ਮੂੰਹ ਨਿਕਲ ਗਿਆ ਬਰਗਾੜੀ ਚ ਬਾਬਾ ਜੀ ਦੀ ਬੇਅਦਬੀ ਇੱਕ ਵਾਰ ਹੋਈ ਸੀ ਅਸੀਂ ਸਿੱਖ ਰੋਜ਼ ਰੋਜ਼ ਬੇਹਰਮਤੀ ਕਰੀ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਚ ਝੂਠ ਤੂਫਾਨ ਬੋਲ ਕੇ ਗੁਰਦੁਆਰਾ ਸਾਹਿਬ ਚੋਂ ਬਾਹਰ ਨਿਕਲਣ ਸਮੇ ਵਿਆੰਦੜ ਮੁੰਡੇ ਤੋਂ ਵੀ ਰਹਿਣਾ ਨਾ ਗਿਆ ਬਾਬਾ ਬਸਕਰ ਐਵੇਂ ਦੇਈ ਜਾਣਾ ਲੈਕਚਰ ਜਿੱਥੇ ਮਰਜੀ 5000 ਦੇ ਕੇ ਪੜਾ ਲੈ ਲਾਵਾਂ ਮੇਰੇ ਇੱਕ ਨਜ਼ਦੀਕੀ ਵੱਲੋਂ ਸੁਣਾਈ ਅਜਿਹੀ ਇੱਕ ਹੋਰ ਘਟਨਾ ਸੁਣ ਕੇ ਮੇਰੀਆਂ ਅੱਖਾਂ ਅੱਗੇ ਚੰਡੀਗੜ੍ਹ ਤੇ ਮੁਹਾਲੀ ਸਮੇਤ ਕਈ ਵੱਡੇ-ਵੱਡੇ ਸ਼ਹਿਰਾਂ 'ਚ ਜਾਲੀ ਆਨੰਦ ਕਾਰਜ ਕਰਵਾਉਣ ਤੇ ਕਰੋਨਾਟਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਵੱਲੋਂ ਫਰਜ਼ੀ ਮਾਪੇ ਖੜੇ ਕਰਕੇ ਆਨੰਦ ਕਾਰਜ ਕਰਨ ਦੇ ਨਾਂ ਤੇ ਬਾਬਾ ਜੀ ਦੀ ਹੋ ਰਹੀ ਬੇਹਰਮਤੀ ਦੇ ਸੇਨ ਫਿਲਮ ਦੀ ਤਰ੍ਹਾਂ ਗੁਜ਼ਰ ਗਏ। ਧੰਨਵਾਦ।